ਜਿਹੜੀ ਬਾਈ ਇਲੈਕਸ਼ਨ ਹੈਗੀ ਆ, ਲੋਕ ਇਨਸਾਫ਼ ਪਾਰਟੀ ਦਾ ਉਮੀਦਵਾਰ ਦਾਖਾ ਦਾ ਹੀ ਵੋਟਰ ਉਮੀਦਵਾਰ ਹੋਏਗਾ, ਕੋਈ ਪੈਰਾਸ਼ੂਟਰ ਬਾਹਰੋਂ। ਅਸੀਂ ਸਾਰੀਆਂ ਸੀਟਾਂ ਲੜਾਂਗੇ ਔਰ ਸਾਰੀਆਂ ਸੀਟਾਂ ਜਿੱਤਾਂਗੇ, ਤਿਆਰੀ ਤਾਂ। ਸੂਬੇ 'ਚ ਚੋਣ ਕਮਿਸ਼ਨ ਨੇ 4 ਵਿਧਾਨ ਸਭਾ ਹਲਕਿਆਂ ਦਾਖਾ, ਮੁਕੇਰੀਆਂ, ਫਗਵਾੜਾ ਅਤੇ ਜਲਾਲਾਬਾਦ 'ਚ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਹਲਕਿਆਂ 'ਚ 21 ਨੂੰ ਵੋਟਾਂ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ, ਜਿਸ ਨੂੰ ਲੈ ਕੇ ਮਾਹੌਲ ਹੁਣ ਤੋਂ ਹੀ ਪੂਰਾ ਭਖਿਆ ਹੋਇਆ ਹੈ। ਪੰਜਾਬ ਖੇਤੀਬਾੜੀ 'ਚ 2 ਦਿਨ ਕਿਸਾਨ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਜ਼ਿਮਨੀ ਚੋਣਾਂ ਦੀਆਂ 4 ਸੀਟਾਂ ਜੇਤੂ ਰਹਿਣਗੇ। ਐਗਰੀਕਲਚਰ ਮੇਲੇ ਬਾਰੇ ਮੈਨੂੰ ਖੱਬੇ ਸੱਜੇ ਨਾ ਲੈ ਜਾਣਾ, ਦੱਸੋ ਅੱਜ ਜਿੰਨੀ ਇਹ ਮੈਂ ਇਹ ਮੇਲੇ 'ਚ ਆ ਰਿਹਾ, ਮੈਂ 1980 ਤੋਂ ਲੈ ਕੇ ਜਦ ਮੈਂ ਮੈਂਬਰ ਪਾਰਲੀਮੈਂਟ ਸੀ ਔਰ ਐਗਰੀਕਲਚਰ ਕਮੇਟੀ ਦਾ ਮੈਂਬਰ ਸੀ, ਉਦੋਂ ਦਾ ਆ ਰਿਹਾ ਔਰ ਇਹ ਜਿਉਂ ਜਿਉਂ ਸਮੇਂ ਲੰਘ ਰਿਹਾ ਸਾਡੀ ਇੰਪਰੂਵਮੈਂਟ ਹੁੰਦੀ ਜਾ ਰਹੀ ਹੈ। ਐਂਡ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਦੇਖ ਕੇ ਬੋਥ PAU ਐਂਡ ਗੁਰਦਵਾਸੂ ਦੇ ਵਿੱਚ ਜੋ ਪ੍ਰੋਗਰੈਸ ਅਸੀਂ ਕੀਤਾ ਹੈ। ਸਰ, ਇੱਕ ਕਰਤਾਰਪੁਰ ਕੋਰੀਡੋਰ ਕੋ ਲੈ ਕੇ ਮੈਂ ਤੁਹਾਨੂੰ ਕਿਹਾ, ਖੱਬੇ ਸੱਜੇ ਨਾਲ ਲੈ ਜਾਓ ਮੈਨੂੰ। ਆਪਨੇ ਵੀ ਬੋਲਿਆ $20 ਵਾਪਸ ਹੋਣਾ ਚਾਹੀਏ, $20 ਕਾ ਕਿਆ? ਮੈਂ ਕਿਹਾ ਸੀ ਕਿ ਸਾਡੇ ਇੱਥੇ ਸਾਡੀ ਪਰੰਪਰਾ ਨਹੀਂ ਹੈ ਇਸ ਕੰਮ ਵਾਸਤੇ ਕਿ ਤੁਸੀਂ ਪੈਸੇ ਦੇ ਕੇ ਮੱਥਾ ਟੇਕੋ। ਇਹ ਜਜ਼ੀਆ ਟੈਕਸ ਹੁੰਦਾ ਸੀ ਔਰ ਅਸੀਂ ਜਜ਼ੀਆ ਟੈਕਸ ਵਾਸਤੇ ਬਿਲਕੁਲ ਸਹਿਮਤ ਨਹੀਂ ਔਰ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਇਨਫੋਰਮ ਕਰ ਦਿੱਤਾ ਹੈ। ਸਰ, ਇਹ ਜਿਹੜਾ ਸਾਰੀ ਕੈਬਨਿਟ ਜਾਏਗੀ, ਸਾਰੇ ਮੰਤਰੀ, ਸਾਰੇ MLA ਜ਼ਰੂਰ ਜਾਏਗੇ, ਜ਼ਰੂਰ ਜਾਏ, ਕਿਉਂ ਨਹੀਂ ਜਾਏਗੇ ਸਰ? ਇੱਕ ਪਰ ਤੁਸੀਂ ਕੁਝ ਇੱਥੇ ਦਾ ਤਾਂ ਪੁੱਛ ਲਓ, ਕਿੱਧਰ ਨੂੰ ਲੈ ਜਾਣੇ? ਐਗਰੀਕਲਚਰ ਜੋ ਹੈ, ਐਗਰੀਕਲਚਰ ਸੈਕਟਰ ਕੋ ਲੈ ਕੇ ਪੰਜਾਬ ਮੇਂ ਕਿਆ ਸਕੋਪ ਹੈ ਸਰ, ਕਿਆ ਨਹੀਂ ਨਹੀਂ? ਬਹੁਤ ਰਿਸਰਚ ਚੱਲ ਰਹੀ ਹੈ ਯਹਾਂ, ਨਈ ਵਰਾਇਟੀਜ਼ ਆ ਰਹੀਆਂ ਕਣਕ ਮੇਂ, ਆਪਣੇ ਝੋਨੇ ਵਿੱਚ, ਬਾਸਮਤੀ ਵਿੱਚ, ਐਨੀਮਲ ਹਸਬੈਂਡਰੀ, ਸਾਡੇ ਸ਼ੂਗਰ ਕੇਨ ਵਿੱਚ, ਜੋ ਸਾਡੇ ਪੰਜਾਬ ਦੀ ਰਿਕੁਆਇਰਮੈਂਟ ਹੈ, ਪੋਲਟਰੀ, ਪਿਗਰੀ, ਗੋਟ ਫਾਰਮਿੰਗ, ਸਾਡੇ ਮੱਝਾਂ ਦੇ ਵਿੱਚ, ਗਊਆਂ ਦੇ ਵਿੱਚ, ਉਰੇ ਸਾਹੀਵਾਲ ਵੀ ਦੇਖੀਆਂ ਨੇ ਤੁਸੀਂ, ਕ੍ਰੋਸ ਬਰੈਡ ਆਪਣੀ ਹੋਲਸਟੀਨ ਫ੍ਰੀਜ਼ਨ ਵੀ ਦੇਖੀਆਂ ਨੇ, ਤਾਂ ਸਾਰਾ ਕੁਝ, ਸਾਰਾ ਅੱਜ ਪੰਜਾਬ ਮੇਰਾ ਕਹਿੰਦਾ 1 ਲੱਖ ਤੋਂ ਉੱਪਰ ਬੰਦਾ ਹੋਣਾ ਉਰੇ ਜਿਹੜਾ ਅੱਜ ਦੇਖਣਾ ਹੈ। ਕੀ ਨਹੀਂ ਆ ਰਿਹਾ? ਹੈਪੀ ਸੀਡਰ ਦੀ ਗੱਲ ਕਰ ਰਹੇ ਹੋ? ਹੈਪੀ ਸੀਡਰ ਸਬਸਿਡੀ ਵੀ ਆ ਗਿਵਿੰਗ ਸਬਸਿਡੀ ਕਿੰਨੀ ਸਬਸਿਡੀ ਦੇ ਰਿਹਾ? ਜਿੰਨੀ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਤਿਆਰੀਆਂ ਹੈਗੀਆਂ ਨੇ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਦਾਖੇ ਹਲਕੇ ਦੀ ਹੈਗੀ ਹੈ ਉਸ ਸੀਟ? ਅਸੀਂ ਸਾਰੀਆਂ ਸੀਟਾਂ ਲੜਾਂਗੇ ਔਰ ਸਾਰੀਆਂ ਸੀਟਾਂ ਜਿੱਤਾਂਗੇ, ਤਿਆਰੀ ਤਾਂ। ਸਰ, ਦਾਖਾ ਲੜ ਸਕਦੇ ਨੇ? ਉਧਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਲੋਕ ਸਭਾ ਚੋਣਾਂ ਵੇਲੇ ਹਲਕਾ ਦਾਖਾ ਤੋਂ ਚੰਗੀ ਲੀਡ ਮਿਲੀ ਸੀ ਤੇ ਹੁਣ ਜਿਮਣੀ ਚੋਣਾਂ 'ਚ ਬੈਂਸ ਨੇ ਲੀਡ ਨੂੰ ਜਿੱਤਣ ਦਾ ਦਾਅਵਾ ਕੀਤਾ ਹੈ। 2-3 ਡੇਜ਼ ਸਾਡੀ ਕੋਰ ਕਮੇਟੀ ਦੀ ਪਰਸੋਂ ਅਸੀਂ ਮੀਟਿੰਗ ਰੱਖੀ ਹੈ, ਉਹਦੇ 'ਚ ਸਾਰਾ ਡਿਸਾਈਡ ਕਰਕੇ ਅਨਾਊਂਸਮੈਂਟ ਕਰਦੇ ਹਾਂ ਕਿ ਹਲਕੇ ਦਾ ਵੋਟਰ ਹੋਏਗਾ। ਦਾਖਾ ਜਿਹੜੀ ਬਾਈ ਇਲੈਕਸ਼ਨ ਹੈਗੀ ਆ, ਲੋਕ ਇਨਸਾਫ ਪਾਰਟੀ ਦਾ ਉਮੀਦਵਾਰ ਦਾਖਾ ਦਾ ਹੀ ਵੋਟਰ ਉਮੀਦਵਾਰ ਹੋਏਗਾ, ਕੋਈ ਪੈਰਾਸ਼ੂਟਰ ਬਾਹਰੋਂ ਨਹੀਂ। ਦੱਸ ਦੇ ਕਿ ਆਮ ਆਦਮੀ ਪਾਰਟੀ ਦੇ SH ਫੁਲਕਾ ਦੇ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਬਿਊਰੋ ਰਿਪੋਰਟ, ਹਕੀਕਤ TV।